ਸ਼ਸ਼ੀਕਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਚੈੱਕ ਬਾਉਂਸ ਬਾਰੇ ਚੈੱਕ ਕੀ ਹੈ ਇਸ ਬਾਰੇ ਗੱਲ ਕਰਾਂਗੇ ਉਸ ਦੀ ਡੈਫੀਨੇਸ਼ਨ ਕੀ ਹੈ ਇਸ ਬਾਰੇ ਗੱਲ ਕਰਾਂਗੇ ਚੈੱਕ ਬਾਉਂਸ ਦੇ ਕੇਸ ਦੇ ਵਿੱਚ ਕੀ ਸਜ਼ਾ ਮਿਲਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ ਮੰਨ ਲਓ ਤੁਸੀਂ ਕਿਸੇ ਨੂੰ 50000 ਦਾ ਚੈੱਕ ਦਿੱਤਾ ਤਾਂ ਸਮਝ ਲਓ ਸਾਹਮਣੇ ਵਾਲੇ ਨੂੰ 50000 ਦਾ ਨੋਟ ਦਿੱਤਾ ਜੇ ਉਹ ਵਿਅਕਤੀ ਬੈਂਕ 'ਚ ਜਾ ਕੇ ਚੈੱਕ ਕੈਸ਼ ਕਰਾਉਣ ਜਾਂਦਾ ਹੈ ਜੇ ਚੈੱਕ ਬਾਊਂਸ ਹੋ ਜਾਂਦਾ ਹੈ ਚੈੱਕ 50000 ਦਾ ਹੈ ਤੇ ਖਾਤੇ 'ਚ ਜੇ ਪੈਸੇ ਘੱਟ ਹੈ ਜਾਂ ਹੈ ਨਹੀਂ ਤਾਂ ਚੈੱਕ ਬਾਊਂਸ ਹੋ ਜਾਂਦਾ ਹੈ ਜਾਂ ਹੋਰ ਵੀ ਕਾਰਨ ਹੋ ਸਕਦੇ ਆ ਖਾਤਾ ਬੰਦ ਹੋ ਗਿਆ ਜਾਂ ਸਿਗਨੇਚਰ ਨਹੀਂ ਸਹੀ ਜਾਂ ਕੋਈ ਕਟਿੰਗ ਕੀਤੀ ਹੈ ਚੈੱਕ ਬਾਊਂਸ ਹੋਣ ਦੇ ਹੋਰ ਵੀ ਕਾਰਨ ਹੋ ਸਕਦੇ ਆ ਜੇ ਚੈੱਕ ਬਾਊਂਸ ਹੋ ਜਾਂਦਾ ਜੋ ਤੁਸੀਂ ਚੈੱਕ ਦਿੱਤਾ ਸੀ ਮਤਲਬ ਜੋ ਤੁਸੀਂ 50000 ਦਾ ਨੋਟ ਦਿੱਤਾ ਸੀ ਉਹ ਫਰਜੀ ਸੀ ਉਹ ਚੱਲਿਆ ਨਹੀਂ ਮੰਨ ਲਓ ਤੁਹਾਨੂੰ ਕਿਸੇ ਨੇ ਚੈੱਕ ਦਿੱਤਾ ਹੈ ਜਦੋਂ ਚੈੱਕ ਬਾਉਂਸ ਹੋ ਗਿਆ ਤਾਂ 1 ਮਹੀਨੇ ਦੇ ਅੰਦਰ ਅੰਦਰ ਦੂਸਰੀ ਪਾਰਟੀ ਨੂੰ ਨੋਟਿਸ ਦੇਣਾ ਹੁੰਦਾ ਜਿਸ ਵਿੱਚ ਦੂਸਰੀ ਪਾਰਟੀ ਨੂੰ 15 ਦਿਨਾਂ ਵਿੱਚ ਪੈਸੇ ਦੇਣ ਲਈ ਆਖਿਆ ਜਾਂਦਾ ਲੀਗਲ ਨੋਟਿਸ ਦੇ ਮੁਤਾਬਕ 15 ਦਿਨਾਂ ਦੇ ਅੰਦਰ ਅੰਦਰ ਨੂੰ ਕਿਹਾ ਜਾਂਦਾ ਹੈ ਕਿ ਜਦ ਤੱਕ ਕੋਈ ਸੈਟਲਮੈਂਟ ਕਰੇ 15 ਦਿਨ ਤੁਹਾਨੂੰ ਰਿਪਲਾਈ ਦੀ ਵੇਟ ਕਰਨੀ ਹੁੰਦੀ ਹੈ ਦੂਸਰੀ ਪਾਰਟੀ ਨੂੰ ਕਿਹਾ ਜਾਂਦਾ ਹੈ ਕਿ 15 ਦਿਨਾਂ ਚ ਪੈਸੇ ਦਿਓ ਨਹੀਂ ਤਾਂ ਅਦਾਲਤ ਦੇ ਵਿੱਚ ਤੁਹਾਡੇ ਖਿਲਾਫ ਕਾਰਵਾਈ ਕਰਵਾਈ ਜਾਏਗੀ ਕਹਿਣ ਦਾ ਮਤਲਬ ਜਦੋਂ ਚੈੱਕ ਬਾਊਂਸ ਹੋ ਗਿਆ ਤਾਂ 1 ਮਹੀਨੇ ਦੇ ਅੰਦਰ ਅੰਦਰ ਆਪਾਂ ਦੂਸਰੀ ਪਾਰਟੀ ਨੂੰ ਨੋਟਿਸ ਦੇਣਾ ਹੁੰਦਾ 15 ਦਿਨਾਂ ਦਾ ਨੋਟਿਸ ਦੇਣਾ ਹੁੰਦਾ 15 ਦਿਨਾਂ ਦੇ ਵੇਟ ਕੀਤਾ ਪਾਰਟੀ ਜਿਹੜੀ ਹੈ ਉਹ ਨਹੀਂ ਆਈ ਤਾਂ 1 ਮਹੀਨੇ ਦੇ ਅੰਦਰ ਅੰਦਰ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਤਹਿਤ ਕੇਸ ਫਾਈਲ ਕਰਨਾ ਹੁੰਦਾ ਕੇਸ ਫਾਈਲ ਜਦੋਂ ਕਰਦੇ ਆ ਤਾਂ ਉਹਦੇ ਨਾਲ origignal ਚੈੱਕ ਤੇ ਨਾਲ ਬੈਂਕ ਦੁਆਰਾ ਜਿਹੜਾ ਮੀਮੋ ਦਿੱਤਾ ਹੁੰਦਾ ਹੈ ਜਿਹਦੇ ਵਿੱਚ ਕਾਰਨ ਦੱਸਿਆ ਹੁੰਦਾ ਹੈ ਚੈੱਕ ਬਾਊਂਸ ਹੋਣ ਦਾ ਉਹ ਨਾਲ ਲੱਗਦਾ ਇੱਕ ਉਦਾਹਰਣ ਲੈਂਦੇ ਆ ਮੰਨ ਲਓ ਆ ਏ ਨਾਮ ਦਾ ਵਿਅਕਤੀ ਹੈ ਇਸ ਦੀ ਸਪेयर पार्ट ਦੀ ਦੁਕਾਨ ਹੈ ਇਸ ਨੇ ਬੀ ਨਾਮ ਦੇ ਵਿਅਕਤੀ ਨੂੰ 1 ਲੱਖ ਰੁਪਏ ਦਾ ਸਪੇਅਰ ਪਾਰਟ ਦਾ ਸਮਾਨ ਦਿੱਤਾ ਤੇ B ਨੇ ਉਸ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ 1 ਜਨਵਰੀ ਦੀ ਤਰੀਕ ਦਾ ਹੁਣ A ਨੇ ਚੈੱਕ ਨੂੰ ਬੈਂਕ ਚ ਲਾਇਆ ਤੇ ਜਿਹੜਾ ਚੈੱਕ ਹੈ ਉਹ 1 ਜਨਵਰੀ ਨੂੰ ਬਾਉਂਸ ਹੋ ਜਾਂਦਾ ਤਾਂ A ਕੋਲ 1 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਦਾ ਸਮਾਂ ਹੋਵੇਗਾ 1 ਜਨਵਰੀ ਤੋਂ ਲੈ ਕੇ 30 ਦਿਨਾਂ ਦਾ ਸਮਾ ਹੋਵੇਗਾ ਲੀਗਲ ਨੋਟਿਸ ਭੇਜਣ ਵਾਸਤੇ ਮੰਨ ਲਓ A ਨੇ 5 ਜਨਵਰੀ ਨੂੰ B ਨੂੰ ਕਿਸੇ ਵਕੀਲ ਦੇ ਰਾਹੀਂ ਲੀਗਲ ਨੋਟਿਸ ਭੇਜਤਾ ਮੰਨ ਲਓ B ਨੂੰ 8 ਤਰੀਕ ਨੂੰ ਲੀਗਲ ਨੋਟਿਸ ਮਿਲਦਾ ਤਾਂ 8 ਤਰੀਕ ਤੋਂ ਸਮਾਂ ਸ਼ੁਰੂ ਹੁੰਦਾ ਹੈ B ਦਾ 15 ਦਿਨਾਂ ਦਾ B ਨੂੰ ਲੀਗਲ ਨੋਟਿਸ ਮਿਲਿਆ 8 ਤਰੀਕ ਨੂੰ ਤਾਂ 8 ਤਰੀਕ ਤੋਂ 15 ਦਿਨ 23 ਤਰੀਕ ਤੱਕ ਬਣਦੇ ਨੇ ਮਤਲਬ 8 ਤਰੀਕ ਤੋਂ ਲੈ ਕੇ 23 ਤਰੀਕ ਦੇ ਵਿੱਚ ਪੈਸੇ ਬੀ ਨੇ ਵਾਪਸ ਕਰਨੇ ਹਨ ਮੰਨ ਲਓ 23 ਜਨਵਰੀ ਨਿਕਲ ਜਾਂਦੀ ਹੈ ਪੈਸੇ ਨਹੀਂ ਆਏ ਤਾਂ ਅਗਲੀ 24 ਤਰੀਕ ਤੋਂ ਲੈ ਕੇ 30 ਦਿਨਾਂ ਦੇ ਅੰਦਰ ਅੰਦਰ ਇਹ ਜਿਹੜਾ ਹੈਗਾ ਬੀ ਦੇ ਖਿਲਾਫ ਕੇਸ ਫਾਈਲ ਕਰ ਸਕਦਾ ਮਤਲਬ ਕਿ 1 ਜਨਵਰੀ ਨੂੰ ਚੈੱਕ ਬਾਉਂਸ ਹੋਇਆ 30 ਦਿਨਾਂ ਦੇ ਅੰਦਰ ਅੰਦਰ ਲੀਗਲ ਨੋਟਿਸ ਭੇਜਣਾ ਸੀ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਲਾੜੋ ਲੀਕ ਨੋਟਿਸ ਭੇਜਣਾ ਸੀ ਏ ਨੇ 5 ਤਰੀਕ ਨੂੰ ਲੀਗਲ ਨੋਟਿਸ ਭੇਜਤਾ 8 ਤਰੀਕ ਨੂੰ ਬੀ ਨੂੰ ਲੀਗਲ ਨੋਟਿਸ ਮਿਲ ਗਿਆ 8 ਤਰੀਕ ਤੋਂ ਲੈ ਕੇ 23 ਤਰੀਕ ਤੱਕ 15 ਦਿਨਾਂ ਦੇ ਵਿੱਚ ਵਿੱਚ ਪੈਸੇ ਜਿਹੜੇ ਏ ਬੀ ਨੇ ਉਹਨੂੰ ਵਾਪਸ ਦੇਣੇ ਸੀ ਤੇ 24 ਤਰੀਕ ਤੋਂ ਲੈ ਕੇ 30 ਦਿਨਾਂ ਦੇ ਵਿੱਚ ਏ ਬੀ ਦੇ ਖਿਲਾਫ ਕੇਸ ਫਾਈਲ ਕਰ ਸਕਦਾ ਲੀਗਲ ਨੋਟਿਸ ਦੀ ਜਿਹੜੀ ਰਜਿਸਟਰੀ ਕੀਤੀ ਜਾਂਦੀ ਹੈ ਜੋ ਪੋਸਟ ਆਫਿਸ ਦੁਆਰਾ ਰਸੀਦ ਦਿੱਤੀ ਜਾਂਦੀ ਹੈ ਕੇਸ ਫਾਈਲ ਕਰਦੇ ਆ ਜਦੋਂ ਆਪਾਂ ਉਹਦੇ ਨਾਲ ਲੱਗਦੀ ਹੈ ਚੈੱਕ ਬਾਉਂਸ ਦੇ ਕੇਸ ਦੇ ਵਿੱਚ ਸਜ਼ਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ 2 ਸਾਲ ਤੱਕ ਦੀ ਸਜ਼ਾ ਜਾਂ ਚੈੱਕ ਅਮਾਊਂਟ ਦਾ ਜਿਹੜਾ ਹੈਗਾ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਮੰਨ ਲਓ ਤੁਹਾਡਾ 1 ਲੱਖ ਰੁਪਿਆ ਹੈ ਚੈੱਕ ਦਾ ਅਮਾਊਂਟ ਤਾਂ ਉਹਦਾ 2 ਲੱਖ ਰੁਪਿਆ ਤੱਕ ਪੈ ਸਕਦਾ ਜਾਂ 2 ਸਾਲ ਦੀ ਸਜ਼ਾ ਦੇ ਨਾਲ ਨਾਲ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਮਨ ਲਓ 1 ਲੱਖ ਰੁਪਇਆ ਹੈ ਤਾਂ ਉਹਦਾ 2 ਲੱਖ ਰੁਪਇਆ ਤੱਕ ਪੈ ਸਕਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ